ਇਹ ਸਿਆਸਤ ਦੀ ਤਸਵੀਰ ਹੈ। ਇੱਕ ਪਾਸੇ ਕਾਂਗਰਸੀ ਝੰਡੇ, ਦੂਜੇ ਪਾਸੇ ਅਕਾਲੀਆਂ ਦੇ ਝੰਡੇ। ਜਿਹੜੀ ਦਸਤਾਰ ਤੁਹਾਡੇ ਬੰਨੀ ਹੈ, ਇਸ ਰੰਗ ਦੇ ਝੰਡੇ ਕਿਸਾਨ ਵਾਲੇ ਕਿਉਂ ਨਹੀਂ ਦਿਸੇ? ਮੈਂ ਇੱਕ ਕਿਸਾਨੀ ਨੂੰ ਸਮਰਪਿਤ ਹਾਂ। ਸਾਡੇ ਖੂਨ 'ਚ ਕਿਸਾਨੀ ਆ, ਪਹਿਲਾਂ ਕਿਸਾਨੀ ਫਿਰ ਰਾਜਨੀਤੀ। ਅਲੀ ਸਾਹਿਬ ਨੇ ਆਪਣੇ ਵਾਲਾ ਜਿਹੜਾ ਪ੍ਰਦਰਸ਼ਨ ਸੀ, ਸੰਘਰਸ਼ ਸੀ, ਉਹ ਕੈਂਸਲ ਕਰਤਾ, ਇਹ ਵੀ ਮੈਸੇਜ ਆਏ ਆ। ਦੇਖ ਲਓ ਸਾਹਮਣੇ ਹੀ ਆ, ਤੁਹਾਨੂੰ ਮੈਂ ਕੈਂਸਲ ਲੱਗਦਾ? ਕਿਸਾਨ ਹੋਣ ਦੇ ਨਾਤੇ ਆ ਕਿ ਅਕਾਲੀ ਹੋਣ ਦੇ ਨਾਤੇ? ਕਿਸਾਨ ਹੋਣ ਦੇ ਨਾਤੇ, ਪਹਿਲਾਂ ਫਿਰ ਅਕਾਲੀ, ਪਹਿਲਾਂ ਕਿਸਾਨ ਫਿਰ ਅਕਾਲੀ। ਪੰਜਾਬ ਦੀ ਇਹ ਤਸਵੀਰ ਸਿਆਸੀ ਤਸਵੀਰ ਹੈ। ਇੱਧਰਲੇ ਪਾਸੇ ਅਕਾਲੀ ਦਲ ਦੇ ਵੱਲੋਂ ਆਪਣੀ ਟਰੈਕਟਰਾਂ ਦੇ ਉੱਤੇ ਕਿਸਾਨਾਂ ਦੇ ਹੱਕ 'ਚ ਰੈਲੀ ਕੀਤੀ ਜਾ ਰਹੀ ਹੈ, ਤਾਂ ਮੇਰੇ ਇਸ ਪਾਸੇ ਸੱਜੇ ਹੱਥ ਕਾਂਗਰਸ ਕਰ ਰਹੀ ਹੈ। ਇੱਕ ਪਾਸੇ ਕਾਂਗਰਸ ਦੇ ਝੰਡੇ ਦਿਸਣਗੇ ਤੁਹਾਨੂੰ, ਔਰ ਦੂਜੇ ਪਾਸੇ ਤੁਹਾਨੂੰ ਅਕਾਲੀ ਦਲ ਦੇ ਝੰਡੇ ਦਿਸਣਗੇ। ਇਹ ਸਿਆਸੀ ਤਸਵੀਰ ਹੈ ਪੰਜਾਬ ਦੀ। ਕਿਸਾਨ ਦੇ ਨਾਂ 'ਤੇ ਕਿਤੇ ਸਿਆਸਤ ਤਾਂ ਨਹੀਂ ਹੋ ਰਹੀ? ਇਹ ਬਹੁਤ ਵੱਡਾ ਸਵਾਲ ਹੈ। ਲਗਾਤਾਰ ਜਥੇਬੰਦੀਆਂ ਕਾਲ ਦੇ ਰਹੀਆਂ ਕਿ ਸਿਆਸਤ ਨਾ ਕੀਤੀ ਜਾਵੇ। ਮਨਪ੍ਰੀਤ ਤਿਆਲੀ ਆਪ ਟਰੈਕਟਰ ਚਲਾ ਰਹੇ ਨੇ, ਔਰ ਮਨਪ੍ਰੀਤ ਤਿਆਲੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਬਾਰੇ ਮਨਪ੍ਰੀਤ ਤਿਆਲੀ ਕੀ ਕਹਿੰਦੇ ਨੇ। ਤਿਆਲੀ ਸਾਹਿਬ, ਇਹ ਸਿਆਸਤ ਦੀ ਤਸਵੀਰ ਹੈ। ਇੱਕ ਪਾਸੇ ਕਾਂਗਰਸੀ ਝੰਡੇ, ਦੂਜੇ ਪਾਸੇ ਅਕਾਲੀਆਂ ਦੇ ਝੰਡੇ। ਜਿਹੜੀ ਦਸਤਾਰ ਤੁਹਾਡੇ ਬੰਨੀ ਹੈ, ਇਸ ਰੰਗ ਦੇ ਝੰਡੇ ਕਿਸਾਨ ਵਾਲੇ ਕਿਉਂ ਨਹੀਂ ਦਿਸੇ? ਦੇਖੋ, ਬੜੇ ਇੱਕ ਤਾਂ ਦੁੱਖ ਦੀ ਗੱਲ ਆ ਕਿ ਅੱਜ ਸਾਡਾ ਰੋਸ ਮਾਰਚ ਅਸੀਂ ਅਨਾਊਂਸ ਕੀਤਾ ਸੀਗਾ 2-3 ਦਿਨ ਪਹਿਲਾਂ। ਇਹ ਕਿਸਾਨਾਂ ਦੇ ਹੱਕ 'ਚ ਅਸੀਂ ਰੋਸ ਮਾਰਚ ਕਰ ਰਹੇ ਹਾਂ। ਇੱਥੇ ਕੋਈ ਪਾਰਟੀ ਦਾ ਮਸਲਾ ਨਹੀਂ ਸੀਗਾ, ਸਾਰੇ ਕਿਸਾਨਾਂ ਲਈ ਲੜਾਈ ਲੜ ਰਹੇ ਹਾਂ। ਲੇਕਿਨ ਬੜੇ ਦੁੱਖ ਦੀ ਗੱਲ ਆ ਕਿ ਕੱਲ੍ਹ ਇਹਨਾਂ ਨੇ ਸਾਡਾ ਵਿਰੋਧੀ ਜਿਹੜਾ ਕਾਂਗਰਸ ਦਾ ਇੱਥੋਂ ਉਮੀਦਵਾਰ ਲੜਿਆ, ਮੇਰੇ ਖਿਲਾਫ਼ ਬਾਈ ਇਲੈਕਸ਼ਨ ਅਨਾਊਂਸ ਕਰਤਾ, ਕਹਿੰਦੇ ਅਸੀਂ ਬਰਾਬਰ ਕਰਾਂਗੇ। ਕੋਈ ਇਲੈਕਸ਼ਨ ਥੋੜ੍ਹੀ ਹੋ ਰਹੀ ਆ, ਕੋਈ ਕੰਪੀਟੀਸ਼ਨ ਥੋੜ੍ਹੀ ਹੋ ਰਿਹਾ ਵਾ। ਬੜਾ ਦੁੱਖ ਲੱਗਿਆ ਕਿ ਇਹਨਾਂ ਦੀ ਸੌੜੀ ਸੋਚ ਆ ਜਿਹੜੀ ਹੁੱਲੜਬਾਜ਼ੀ ਕਰਨੀ ਚਾਹੁੰਦੇ ਨੇ। ਇਹਨਾਂ ਨੇ ਬਾਈ ਇਲੈਕਸ਼ਨ 'ਚ ਭੁਲੇਖਾ ਕੱਢ ਕੇ ਦੇਖ ਤਾਂ ਲਿਆ, ਗਾਂ ਇਲੈਕਸ਼ਨ ਆਉਣਗੀਆਂ ਉਦੋਂ ਦੇਖ ਲੈਣ। ਅੱਜ ਮੁੱਦਾ ਸੀ ਕਿਸਾਨੀ ਦਾ, ਇਹਨਾਂ ਨੂੰ ਇਹ ਸੀ ਵੀ ਸਾਰੇ ਕਿਸਾਨ ਇਹਨਾਂ ਨਾਲ ਤੁਰਨਾ ਪੈਣ ਕਿਤੇ, ਪਰ ਅੱਜ ਵੀ ਬਾਹਰੋਂ ਬੁਲਾਇਆ ਇਹਨਾਂ ਨੇ। ਪਰ ਹਲਕੇ ਦਾ ਕਿਸਾਨ, ਹਲਕੇ ਦਾ ਨੌਜਵਾਨ ਜੋ ਕਿਸਾਨੀ ਨਾਲ ਜੁੜਿਆ ਹੋਇਆ, ਅਲੀ ਸਾਹਿਬ, ਇਹ ਸਿਆਸਤ ਕਿਉਂ ਹੋ ਰਹੀ ਹੈ? ਬਾਹਰੋਂ ਬੁਲਾਏ, ਨਹੀਂ ਬੁਲਾਏ, ਜਾਂ ਇਸ ਤਰ੍ਹਾਂ ਕਿਉਂ ਕੀਤਾ ਜਾਏ? ਜੇ ਇਹਨਾਂ ਦਾ ਰੱਖਿਆ ਹੁੰਦਾ ਸੀ ਬਿਲਕੁਲ ਵਿੱਚ ਨਹੀਂ ਸੀ ਰੱਖਣਾ। ਜੇ ਅਸੀਂ ਗਲਤੀ ਕੀਤੀ ਆ ਤਾਂ ਅਸੀਂ ਮਾਫੀ ਮੰਗਾਂਗੇ, ਪਰ ਇਹਨਾਂ ਨੇ ਗਲਤੀ ਕੀਤੀ ਆ 100% ਗਲਤੀ ਆ। ਇਹ ਅੱਜ ਮਸਲਾ ਕਿਸਾਨੀ ਦਾ, ਸਾਨੂੰ ਇਕਜੁੱਟ ਹੋ ਕੇ ਪਾਰਟੀਆਂ ਬਾਜੀਆਂ ਤੋਂ ਉੱਪਰ ਉੱਠ ਕੇ ਅੱਜ ਸਾਨੂੰ ਕਿਸਾਨਾਂ ਲੜਾਈ ਲੜਨ ਦੀ ਲੋੜ ਆ। ਮੈਂ ਇੱਕ ਕਿਸਾਨ ਆ, ਬਾਅਦ 'ਚ ਪਹਿਲਾਂ ਕਿਸਾਨੀ, ਬਾਅਦ 'ਚ ਰਾਜਨੀਤੀ। ਮੈਂ ਏਜੰਡਾ ਲੈ ਕੇ ਇਸ ਮੁੱਦੇ 'ਤੇ ਮੈਂ ਕੋਈ ਪਰਵਾਹ ਨਹੀਂ ਕਰਨ ਵਾਲਾ। ਪਹਿਲੇ ਦਿਨ ਤੋਂ, ਅੱਜ ਤੋਂ 2 ਮਹੀਨੇ ਪਹਿਲਾਂ ਮੈਂ ਕਿਹਾ ਸੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪੈਣਾ। ਪਾਰਟੀ ਨੇ ਬਹੁਤ ਵਧੀਆ ਫੈਸਲਾ ਲਿਆ, ਲੇਕਿਨ ਮੈਂ ਵੀ ਕਿਹਾ ਸੀ ਕਿ ਸਾਨੂੰ ਸਾਥ ਛੱਡਣਾ ਪੈਣਾ ਬੀਜੇਪੀ ਦਾ, ਪਾਰਟੀ ਫੈਸਲਾ ਲਊਗੀ। ਲੇਕਿਨ ਮੰਨਦੀ ਨਹੀਂ ਪਈ ਉਹਨਾਂ ਦਾ ਫੈਸਲਾ, ਮੇਰਾ ਨਿੱਜੀ ਰਾਏ ਆ। ਮੈਂ ਆਪਦੀ ਲੱਗਦਾ ਬੀਜੇਪੀ ਨੂੰ ਛੱਡ ਦੇਣਾ ਚਾਹੀਦਾ, ਮੇਰੀ ਨਿੱਜੀ ਰਾਏ ਇਹ ਆ, ਬਾਕੀ ਉਹਨਾਂ ਦਾ ਫੈਸਲਾ ਵਾ। ਸੋ ਇਸ ਲਈ, ਕਿਉਂਕਿ ਕਿਸਾਨੀ ਸਾਡੇ ਖੂਨ ਦੇ ਵਿੱਚ ਆ, ਰੋਮ ਰੋਮ ਦੇ ਵਿੱਚ ਆ, ਅਸੀਂ ਕਿਸਾਨ ਖੇਤੀ 'ਚ ਜੰਮੇ ਹਾਂ ਬਚਪਨ ਤੋਂ ਇਹਨਾਂ ਟਰੈਕਟਰਾਂ ਦੇ ਉੱਪਰ। ਸੋ ਇਸ ਲਈ ਇਹ ਸਾਡੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਦੇ ਨਾਲ, ਇੱਥੇ ਕੋਈ ਸਮਝੌਤਾ ਨਹੀਂ। ਤਿਆਲੀ ਸਾਹਿਬ, ਜਦੋਂ ਕਿਸਾਨਾਂ ਦੀ 25 ਦੀ ਕਾਲ ਸੀ, ਫਿਰ 1-2 ਦਿਨ ਪਹਿਲਾਂ ਤੁਹਾਨੂੰ ਵੀ ਕਾਲ ਦਾ ਨਹੀਂ ਪਤਾ ਸੀ? ਮੈਂ ਆਪਣਾ ਪ੍ਰੋਗਰਾਮ 23 ਨੂੰ ਜਦੋਂ ਮੈਂ ਸਭ ਤੋਂ ਪਹਿਲਾਂ ਲੜਾਈ ਸ਼ੁਰੂ ਕੀਤੀ ਆ, ਲੱਗਦਾ ਤੁਸੀਂ ਕੀ ਕੀਤਾ ਇਹਦੇ ਲਈ? ਅਸੀਂ ਆਪਣੀ ਲੜਾਈ ਲੜ ਰਹੇ ਹਾਂ, ਪਾਰਟੀ ਦੇ ਨਾਲ ਹਰ ਜਗ੍ਹਾ ਸਪੋਰਟ ਆ, ਕਿਸਾਨ ਜਥੇਬੰਦੀਆਂ ਦੇ ਨਾਲ। 25 ਨੂੰ ਵੀ ਸਾਡੀ ਪੂਰੀ ਸਪੋਰਟ ਆ, ਅਸੀਂ ਕੰਗੂ ਸਾਹਿਬ ਦੀਆਂ ਗੱਡੀਆਂ ਨੇ। ਇੱਕ ਪਾਸੇ ਤੁਸੀਂ ਦੇਖੋ ਅਕਾਲੀ ਦਲ ਹੈ, ਲੋਕ ਵੀ ਹਰਾਸ ਹੋ ਰਹੇ। ਦੇਖੋ, ਇਹ ਮੈਸੇਜ ਕਰਕੇ ਕਹਿੰਦਾ, ਮੈਂ ਸਵੇਰੇ ਲਾਈਵ ਕੀਤਾ ਵੀ ਇਹਨਾਂ ਨੂੰ ਪ੍ਰੋਗਰਾਮ ਨਹੀਂ ਰੱਖਣਾ ਚਾਹੀਦਾ ਸੀ, ਅੱਜ ਵੱਖਰੇ ਦਿਨ ਰੱਖਣਾ ਚਾਹੀਦਾ ਸੀ। ਬਹੁਤ ਵੱਡੀ ਇਹਨਾਂ ਦੀ ਗਲਤੀ ਆ। ਅਸੀਂ ਕਦੇ ਵੀ ਇਹੋ ਜਿਹਾ ਤਸਵੀਰਾਂ ਦਿਖਾਈਆਂ ਜਾਣ, ਤਸਵੀਰਾਂ ਦਿਖਾਈਆਂ ਜਾਣ ਜਿਹੜੀ ਹੁਣ ਇੱਕ ਪਾਸੋਂ ਅਕਾਲੀ ਦਲ ਜਾ ਰਿਹਾ ਲੈ ਕੇ ਆਪਣੇ ਟਰੈਕਟਰ, ਦੂਜੇ ਪਾਸੇ ਕਾਫਲਾ ਜਿਹੜਾ ਹੈ ਕੈਪਟਨ ਸੰਦੀਪ ਸੰਧੂ ਦਾ ਹੈ। ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਨਮੋਸ਼ ਹੈ ਇਸ ਗੱਲ ਦੇ ਵਿੱਚ ਕਿ ਕਿਸਾਨ ਕੀ ਬਾਈ ਦੀ ਤਿਆਰੀ ਹੈ? ਇਹ ਕਿਸਾਨ ਸਾਰਾ ਸਾਡੇ ਨਾਲ ਆ, ਨੌਜਵਾਨ ਸਾਡੇ ਨਾਲ ਆ। ਤੁਸੀਂ ਨੌਜਵਾਨਾਂ ਨੂੰ ਪੁੱਛੋ, ਹਲਕੇ 'ਚੋਂ ਪੁੱਛੋ, ਰਿਜ਼ਲਟ ਆ ਕੇ ਤੁਹਾਡੇ ਸਾਹਮਣੇ ਪਿਆ ਵਾ। ਉਸ ਮੁੱਦੇ 'ਤੇ ਦੇਖੋ, ਹਲਕੇ ਦੇ ਲੋਕਾਂ ਨੇ ਮੈਨੂੰ ਬੜਾ ਮਾਣ ਸਨਮਾਨ ਦਿੱਤਾ। ਜੋ ਲੋਕਾਂ ਦੀਆਂ ਭਾਵਨਾਵਾਂ, ਮੈਂ ਉਹਨਾਂ ਦੇ ਨਾਲ ਖੜਾ ਵਾਂ, ਚਾਹੇ ਕਿਸਾਨਾਂ ਦੀਆਂ ਨੇ, ਹਲਕੇ ਦੇ ਲੋਕਾਂ ਦੀਆਂ ਨੇ। ਸਰਕਾਰ ਦੇ ਵਿਰੁੱਧ ਮੈਨੂੰ ਜਿਤਾਇਆ ਲੋਕਾਂ ਨੇ, ਇਹਨਾਂ ਦੀ ਪੁਲਿਸ, ਇਹਨਾਂ ਦੇ ਪ੍ਰਸ਼ਾਸਨ, ਇਹਨਾਂ ਦੇ ਮੰਤਰੀਆਂ ਦੇ ਵਿਰੁੱਧ ਜਿਤਾਇਆ ਮੈਨੂੰ, ਅਤੇ ਅਸੀਂ ਲੋਕਾਂ ਨਾਲ ਕਿਉਂ ਨਹੀਂ ਖੜਾਂਗੇ? ਅਸੀਂ ਲੋਕਾਂ ਦੇ ਨਾਲ ਖੜੇ ਹਾਂ, ਕੋਈ ਰਾਜਨੀਤੀ ਨਹੀਂ ਇਸ ਮੁੱਦੇ 'ਤੇ, ਕੋਈ ਰਾਜਨੀਤੀ ਨਹੀਂ। ਤੁਹਾਡਾ ਆਪਣੀ ਪਾਰਟੀ 'ਤੇ ਕੀ ਹੁਣ ਸਟੈਂਡ ਹੈ? ਪਾਰਟੀ ਨੇ ਅਸਤੀਫਾ ਤਾਂ ਦਵਾਤਾ ਹਰਸਿਮਰਤ ਬਾਦਲ ਦਾ, ਪਰ ਗੱਠਜੋੜ ਤਾਂ ਕਾਇਮ? ਬਹੁਤ ਵਧੀਆ, ਉਹ ਵੀ ਦੇਖੋ, ਪਾਰਟੀ ਨੇ ਫੈਸਲੇ ਲੈਣੇ ਆ, ਬੜਾ ਪੁਰਾਣਾ ਸੰਬੰਧ ਆ, ਆਪਣੀ ਕੋਰ ਕਮੇਟੀ ਮੀਟਿੰਗ ਫੈਸਲੇ ਲੈਣਗੇ, ਅਸੀਂ ਉਹਨਾਂ ਕੋਲ ਗੱਲ ਰੱਖ ਦਿੱਤੀ ਆ। ਲੇਕਿਨ ਮੇਰੀ ਨਿੱਜੀ ਰਾਏ ਆਪਣੀ ਮੈਂ ਦੇ ਦਿੱਤੀ ਆ ਕਿ ਮੈਂ ਇੱਕ ਕਿਸਾਨੀ ਨੂੰ ਸਮਰਪਿਤ ਹਾਂ, ਸਾਡੇ ਖੂਨ 'ਚ ਕਿਸਾਨੀ ਆ, ਪਹਿਲਾਂ ਕਿਸਾਨੀ ਫਿਰ ਰਾਜਨੀਤੀ। ਭਗਵੰਤ ਮਾਨ ਕਹਿੰਦੇ ਆ ਕਿ ਪ੍ਰਧਾਨ ਜੀ, ਤੁਹਾਡੇ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ 1 ਕਿੱਲੇ ਮਗਰ ਕਣਕ ਦਾ ਬੀਜ ਕਿੰਨਾ ਪੈਂਦਾ, ਔਰ ਇਹ ਕਿਸਾਨੀ ਦੀ ਗੱਲ ਕਰਦੇ ਆ? ਉਹ ਤਾਂ ਬਹੁਤ ਕੁਝ ਕਹਿੰਦਾ ਵਾ, ਉਹਦੇ ਬਾਰੇ ਗੱਲਾਂ ਨਹੀਂ, ਤੁਸੀਂ ਮੇਰੇ ਮੈਨੂੰ ਪੁੱਛੋ।
ਕਿਹੜੇ ਕਿੱਲੇ 'ਚ ਕਿੰਨਾ ਬੀਜ ਪੈਂਦਾ, ਕਿੰਨੀ ਖਾਦ ਪੈਂਦੀ ਆ, ਕਿੰਨਾ ਝਾੜ ਨਿਕਲਦਾ, ਸਾਨੂੰ ਪੁੱਛੋ ਜਿਹੜੇ ਅਸੀਂ ਕਿਸਾਨੀ ਖੇਤੀ ਨਾਲ ਜੁੜੇ ਹੋਏ ਹਾਂ। ਚਾਹੇ ਮੈਂ ਅੱਜ ਬਿਜ਼ਨਸ 'ਚ ਆ ਗਿਆ ਲੇਕਿਨ ਮੈਂ ਖੇਤੀ ਨਹੀਂ ਛੱਡੀ, ਆਪ ਕੰਮ ਕਰਦੇ ਹਾਂ, ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਜੋੜ ਕੇ ਰੱਖ ਰਹੇ ਹਾਂ ਹਜੇ ਵੀ। ਬਈ ਜੜਾਂ ਨਾ ਉਹਨਾਂ ਟੁੱਟੇ, ਉਹ ਜੇ ਕਾਮਯਾਬ ਰਹਿਣਾ ਜ਼ਿੰਦਗੀ ਦੇ ਵਿੱਚ, ਇਹ ਕਿੱਤਾ ਨਾ ਛੱਡਿਓ। ਅਸੀਂ ਇਹਦੇ ਲਈ ਕੋਈ ਵੀ ਲੜਾਈ ਲੜਾਂਗੇ। ਪੰਜਾਬ ਦਾ ਕਿਸਾਨ ਆਪਣੇ ਹੱਕਾਂ ਲਈ ਲੜਨ ਜਾਣਦਾ ਵਾ, ਆਪਣੇ ਹੱਕ ਲੈਣ ਵੀ ਜਾਣਦਾ। ਪਿਛੋਕੜ ਸਾਡਾ ਬੜਾ ਗੌਰ ਮਈਆ, ਬੜੇ ਸੰਘਰਸ਼ ਮੋਰਚੇ ਲਾਏ ਪੰਜਾਬੀਆਂ ਨੇ, ਜਿਹ 'ਚ ਕਿਸਾਨਾਂ ਨੇ ਸਭ ਤੋਂ ਵੱਧ ਗਵਾਹੀ ਦਿੱਤੀ ਅਤੇ ਕਾਮਯਾਬ ਹੋਏ ਨੇ। ਇਹ ਮੋਰਚਾ ਲਾਉਣਾ ਪਊਗਾ, ਲੜਾਈ ਲੜਨੀ ਪਊ, ਜਿੱਥੇ ਤੱਕ ਵੀ ਜਾਣਾ ਪਿਆ ਅਸੀਂ ਲੜਾਂਗੇ, ਕਿਸਾਨਾਂ ਲਈ ਲੜਾਂਗੇ, ਕੋਈ ਵੀ ਕੁਰਬਾਨੀ ਦੇਣੀ ਪਵੇ ਦੇਵਾਂਗੇ। ਤੁਹਾਨੂੰ ਨਹੀਂ ਲੱਗਦਾ ਕਿ ਦਿੱਲੀ ਕੂਚ ਕਰਨਾ ਚਾਹੀਦਾ ਸੀ? ਦਿੱਲੀ ਵੀ ਕੂਚ ਕਰਾਂਗੇ, ਦਿੱਲੀ ਵੀ ਕੂਚ ਕਰਾਂਗੇ, ਸਮਾਂ ਆਉਣ 'ਤੇ ਦਿੱਲੀ ਵੀ ਜਾਵਾਂਗੇ। ਲੇਕਿਨ ਅੱਜ ਪ੍ਰਧਾਨ ਮੰਤਰੀ ਪੰਜਾਬ ਵਿਰੋਧੀ ਨੇ, ਜਿਵੇਂ ਇੱਕ ਨਾਰਾ ਦਿੱਤਾ ਜਾ ਰਿਹਾ, ਨਰਿੰਦਰ ਮੋਦੀ ਪੰਜਾਬ ਵਿਰੋਧੀ। ਬਿਲਕੁਲ ਮੈਂ ਸਹਿਮਤ ਹਾਂ ਕਿ ਬਿਲਕੁਲ ਕੇਂਦਰ ਫੈਸਲੇ ਪੰਜਾਬ ਦੇ ਵਿਰੁੱਧ 'ਚ ਲੈ ਰਿਹਾ ਵਾ। ਉਹਨਾਂ ਨੂੰ, ਪੰਜਾਬ ਦੀਆਂ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਸਾਰੇ ਕਿਸਾਨ ਜਿਹੜੇ ਲੀਡਰ ਨੇ ਉਹਨਾਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀ, ਫਿਰ ਫੈਸਲਾ ਕਰਨਾ ਚਾਹੀਦਾ ਸੀਗਾ। ਤਾਨਾਸ਼ਾਹੀ ਫੈਸਲਾ ਨਹੀਂ ਹੋਣਾ ਚਾਹੀਦਾ ਸੀ। ਭਾਜਪਾ ਦੇ ਲੀਡਰ ਕਹਿ ਰਹੇ ਆ ਅਕਾਲੀ ਦਲ ਨੂੰ ਇੰਨਾ ਚਾਹ ਅੱਡ ਹੋ ਕੇ ਦੇਖ ਲਏ, 22 'ਚ ਭੁਲੇਖੇ ਨਿਕਲ ਜਾਣਗੇ ਕਹਿੰਦੇ। ਮੈਂ ਤਾਂ ਕਹਿੰਦਾ ਸਾਰਿਆਂ ਦੇ ਭੁਲੇਖੇ ਨਿਕਲ ਜਾਣੇ ਚਾਹੀਦੇ 22 ਦੇ ਵਿੱਚ, ਸਾਰਿਆਂ ਦੇ ਨਿਕਲ ਜਾਣੇ ਚਾਹੀਦੇ। ਸਾਹਮਣੇ ਪਤਾ ਲੱਗ ਗਈ, ਉਹ ਪਿੱਛੇ ਭੁਲੇਖੇ ਕੱਢੇ ਹੀ ਆ। ਇੱਥੇ ਕਿਹੜਾ ਭਾਜਪਾ ਦਾ ਸਾਡੇ ਨਾਲ ਸੀ ਜਿਮਨੀ ਚੋਣ ਦੇ ਵਿੱਚ, ਕੌਣ ਆਇਆ ਦੱਸ ਦਿਓ। ਅਤੇ ਮੇਰੇ ਤਾਂ ਇਹਨਾਂ ਨੇ ਪਹਿਲਾਂ ਤੋਂ ਇਲੈਕਸ਼ਨ ਉਲਟ ਲੜਦੇ ਆਏ ਨੇ, ਮੇਰੇ ਜ਼ਿਲ੍ਹਾ ਪ੍ਰੀਸ਼ਦ ਦੇ ਖਿਲਾਫ਼ ਲੜੀ ਆ, ਨਾ ਸਾਨੂੰ ਇੱਥੋਂ ਕੋਈ ਸਹਿਯੋਗ ਮਿਲਿਆ ਕਦੇ। ਅਸੀਂ ਤਾਂ ਪਹਿਲਾਂ ਤੋਂ ਹੀ ਆਪਣਾ ਇੱਕ ਏਜੰਡਾ ਲੈ ਕੇ ਚੱਲ ਰਹੇ ਹਾਂ ਹਲਕੇ ਦੇ ਵਿੱਚ। ਤੁਹਾਡਾ ਹਲਕਾ ਅੱਜ ਤੁਹਾਡੇ ਨਾਲ ਹੈਗਾ ਕਿ ਨਹੀਂ ਹਲਕੇ ਦਾ ਕਿਸਾਨ? ਪਿੱਛੇ ਦੇਖ ਲਓ, ਤੁਸੀਂ ਪਿੱਛੇ ਨਿਗਾਹ ਮਾਰ ਕੇ ਦੇਖ ਲਓ, ਤੁਹਾਨੂੰ ਲੱਗਦਾ ਨਾਲ ਆ ਤਾਂ ਦੱਸ ਦਿਓ ਲੋਕਾਂ ਨੂੰ ਵੀ ਇਹ ਨਾਲ ਹੈ ਕਿ ਨਹੀਂ ਹੈ। ਇਹ ਵੀ ਕਿਹਾ ਗਿਆ ਕਿ ਅੱਜ ਅਲੀ ਸਾਹਿਬ ਨੇ ਆਪਣੇ ਵਾਲਾ ਜਿਹੜਾ ਪ੍ਰਦਰਸ਼ਨ ਸੀ, ਸੰਘਰਸ਼ ਸੀ, ਉਹ ਕੈਂਸਲ ਕਰਤਾ, ਇਹ ਵੀ ਮੈਸੇਜ ਆਏ ਹੈ। ਦੇਖ ਲਓ ਸਾਹਮਣੇ ਹੀ ਆ, ਤੁਹਾਨੂੰ ਮੈਂ ਕੈਂਸਲ ਲੱਗਦਾ? ਇਹ ਤਾਂ ਇਹ ਅਫਵਾਹ ਉਡਾ ਰਿਹਾ, ਇਹਨੂੰ ਰੋਕਣ ਦੀ ਕੋਸ਼ਿਸ਼ ਕਿੱਥੇ? ਹਨੇਰੀ ਨੂੰ ਨਹੀਂ ਰੋਕਿਆ ਜਾ ਸਕਦਾ, ਹਨੇਰੀ ਨੂੰ ਰੋਕਿਆ ਨਹੀਂ ਜਾ ਸਕਦਾ। ਅਲੀ ਸਾਹਿਬ ਇੱਕ ਕਿਸਾਨ ਹੋਣ ਦੇ ਨਾਤੇ ਹੈ ਕਿ ਅਕਾਲੀ ਹੋਣ ਦੇ ਨਾਤੇ? ਕਿਸਾਨ ਹੋਣ ਦੇ ਨਾਤੇ, ਪਹਿਲਾਂ ਫਿਰ ਅਕਾਲੀ, ਪਹਿਲਾਂ ਕਿਸਾਨ ਫਿਰ ਅਕਾਲੀ। ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਮਦਨ ਮੋਹਨ ਮਿੱਤਲ ਨੇ ਕੱਲ੍ਹ ਬਹੁਤ ਅਟੈਕ ਕੀਤਾ ਅਕਾਲੀ ਦਲ 'ਤੇ ਕਿ ਉਹ ਕਹਿੰਦੇ ਕਿ ਦਿਸਿਆ ਨਹੀਂ ਪਹਿਲਾਂ 3 ਮਹੀਨੇ ਵੀ ਇਹ ਜਿਹੜੇ ਕਾਨੂੰਨ ਹੈ ਠੀਕ ਨਹੀਂ ਹੈਗਾ। ਦੇਖੋ ਇਹਦੇ ਬਾਰੇ ਤਾਂ ਪਾਰਟੀ ਪ੍ਰਧਾਨ ਜੀ ਉਹ ਦੱਸ ਸਕਦੇ ਆ, ਅਸੀਂ ਤਾਂ ਪਹਿਲੇ ਦਿਨ ਤੋਂ ਹੀ, ਮੈਂ ਤਾਂ ਵਿਰੋਧ 'ਚ ਸੀਗਾ ਪਹਿਲੇ ਦਿਨ ਤੋਂ ਹੀ। ਭਾਜਪਾ ਦਾ ਕੋਈ ਵੀ ਲੀਡਰ ਹੈ ਤੁਸੀਂ ਵਿਰੋਧ 'ਚੋਂ? ਪੰਜਾਬ ਦਾ? ਬਿਲਕੁਲ, ਮੈਂ ਵਿਰੋਧ 'ਚ ਹਾਂ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਸੋ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ। ਮਨਪ੍ਰੀਤ ਸਿੰਘ ਆਲੀ ਲੀਡ ਕਰ ਰਹੇ ਆ ਔਰ ਅਕਾਲੀ ਦਲ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਇਹ ਜਿਹੜਾ ਸੰਘਰਸ਼ ਵਿੱਢਿਆ ਗਿਆ, ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਦੇਖੋ, ਮੁਰਦਾਬਾਦ ਦੇ ਨਾਰੇ ਜਿਹੜੇ ਆ ਉਹ ਲਾਏ ਜਾ ਰਹੇ ਆ, ਤੁਸੀਂ ਦੇਖ ਰਹੇ ਹੋ। ਇਹ ਅਕਾਲੀ ਦਲ ਦੇ ਵੱਲੋਂ ਟਰੈਕਟਰਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ। ਪਹਿਲਾਂ ਕਾਂਗਰਸ ਦਾ ਪ੍ਰਦਰਸ਼ਨ ਸੀਗਾ, ਦੋਨਾਂ ਨੇ ਸੇਮ ਡੇ ਦੇ ਉੱਤੇ ਰੱਖਿਆ ਗਿਆ, ਕਲੈਸ਼ ਹੋਈ ਡੇਟ। ਔਰ ਮਨਪ੍ਰੀਤ ਆਲੀ ਨੇ ਸਾਫ ਕਿਹਾ ਕਿ ਭਾਜਪਾ ਦਾ ਸਾਥ ਛੱਡ ਦੇਣਾ ਚਾਹੀਦਾ, ਆਪਣੀ ਪਾਰਟੀ ਨੂੰ ਕਿਹਾ ਕਿ ਭਾਜਪਾ ਨੂੰ ਹੁਣ ਛੱਡ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਕਾਨੂੰਨ ਕਿਸਾਨ ਦੇ ਵਿਰੋਧੀ ਨੇ। ਪ੍ਰਧਾਨ ਮੰਤਰੀ ਦਾ ਕਿਹਾ ਮਨਪ੍ਰੀਤ ਆਲੀ ਨੇ ਕਿ ਕਿਸਾਨ ਵਿਰੋਧੀ ਹੈ, ਪੰਜਾਬ ਵਿਰੋਧੀ ਹੈ। ਦੇਖ ਸਕਦੇ ਹੋ ਤੁਸੀਂ, ਬਜ਼ੁਰਗ ਵੀ ਨੌਜਵਾਨ ਵੀ ਨਾਰੇ ਲਾਉਂਦੇ ਤੁਹਾਨੂੰ ਨਜ਼ਰ ਆਉਣਗੇ। ਸੋ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਦਾਖਾ ਕੌਂਸਟੀਟੂਐਂਸੀ ਦੀ ਇਹ ਤਸਵੀਰ ਹੈ। ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵੀ ਇਹ ਸੰਘਰਸ਼ ਦਾ ਜਿਹੜਾ ਮਾਰਚ ਹੈ, ਰੋਸ ਦਾ ਜਿਹੜਾ ਮਾਰਚ ਹੈ, ਇਹ ਕੱਢਿਆ ਗਿਆ। ਹਾਲਾਂਕਿ ਪੈਟਰਨ ਸੇਮ ਹੈ, ਅਕਾਲੀ ਦਲ ਦਾ ਅਤੇ ਕਾਂਗਰਸ ਦਾ ਪੈਟਰਨ ਸੇਮ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਵੱਡੀ ਗਿਣਤੀ 'ਚ ਨੌਜਵਾਨ ਜਿਹੜਾ ਉਤਰਿਆ, ਕਾਨੂੰਨ ਬਾਰੇ ਕੀ ਕਹਿਣਾ? ਹਾਂਜੀ, ਆਪਣੇ ਕਿਸਾਨਾਂ ਜਿੰਦਾਬਾਦ। ਦੇਖੋ ਤੁਸੀਂ, ਨੌਜਵਾਨ ਜਿਹੜਾ ਉਹ ਵੱਡੀ ਗਿਣਤੀ 'ਚ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ ਦੇ ਨਾਰੇ ਜਿਹੜੇ ਲਾਏ ਜਾ ਰਹੇ।
अकाली दल मोदी के अगेंस्ट अकाली दल के समर्थक जड़े है प्रधानमंत्री के खिलाफ मोदी के खिलाफ जी रोज मार्चा दे लो कि जोश है लोगों च तस्वीर देखो तुम ये तस्वीर पंजाब की नारा किसान प्यारा भी लिखा होया बुजुर्ग भी ने नौजवान भी ने असी जी केंद्रीय सरकार ने आर्डिनेंस खेतीबाड़ी का गलत पेश करया वा वो रोष अज रैली कर रहे हैं जे तो तस्वीर असी दिखा रहे हैं तुम देख सकते हो गीत भी लाए ने हाँ जी गीत कि चलते हैं किसानी वाले जी हाँ जी कड़ा गीत है असी वो जे धरने से रहने तुम वो जो चला सरकार ने देखो ती कुलवीर झिंजर का गीत ला के कहें कि असी प्रदर्शन कर रहे हैं हालांकि बहुत सीरीयस गल है सनसैरिटी नाल सोचना पेगा किसान किसान के हालात सोचूगा तो समझूगा लगातार ये तस्वीर है अकाली दल के प्रदर्शन दस्वीर पैरल दो तस्वीर अभी थोनों दिखाइया असं ये कहना चाहते हैं भी देखो केंद्र ने जो किसानों ने धक्का किया है बहुत गलत किया वा देखो जी पंजाब जिहड़ा हैगा 80% पंजाब का काम खेती के सिर पर चलता जे पंजाब के लोगों दी फसलां ही ना विकणगियां तो इत्थे पंजाब फेल हो जूगा असीं तां सारे जिन्ने भी होर वर्ग आ व्यापारी वर्ग आ सारिआं नूं बेनती करते हैं कि लोगों के साथ दो तस्वीर व्यापारी वर्ग नूं इह कह रहे हैं कि नाल खड़ो नाल आया जाए वड्डी गिनती इह तुसीं देख सकते हो मनप्रीत आली कह रहे हैं कि हल्के का किसान साढ़े नाल है क्योंकि आप वो किसान ने वो किसानी नूं किसान दे दर्द नूं समझदे आ अज जो रोस मार्च कढ़िया जा रहा इस रोस मार्च का मुख मकसद ये आ कि जो मोदी सरकार ने किसानों के विरुद्ध जिहड़े आर्डिनेंस पास किए आ असी अपील करते हैं मोदी सरकार नूं कि तुसीं किसानों के नाल धक्का ना करो किसान अन्नदाता पहले ही बहुत ज़्यादा हाली के गुजर आ सो अज रोड शो रोड मार्च जिहड़ा कढ़िया जा रहा किसानों के हक के विच तो तस्वीर देखो काले झंडे काले जरूरी है पार्टियां दे झंडे नालों काला झंडा है ये रोस का ये इंपोर्टेंट है देखो जी जिमीदार के हक लई अली साहब ने बहुत बड़ा उपराला किया वा जिदे नाल जिमीदारा नूं उत्साह वा उन्होंने अकाली होने करके आए हो कि किसान होने करके असीं इस टाइम किसान होने करके आए हैं इस टाइम साड़ी कोई पार्टी नहीं असीं बहुत खुश हाँ दूजी पार्टी भी ये साडा साथ दे रही है असीं इस टाइम जिमीदार के हक के खड़े हैं ठीक है तो तस्वीर दिखा रहे हैं थोनों दाखा हल्के दीआं तस्वीर ने तो तस्वीर तुसी देख रहे हो नौजवान बड़ी गिनती दे विच इत्थे पर गल तां किसान ते किसानी दी है सो सवाल यह है कि किसान दे नाल अज कौन खड़ा है सियासत हो रही है कैमरा पर्सन परविंदर सिंह के नाल सिमरनजोत सिंह डेली पोस्ट दाखा